ਅੱਛਾ ਜੀ ਕਾਲੀ ਕਿਦਾਂ ਠੀਕ ਠਾਕ ਹੋ ਜੀ ਆ ਲਾਈਵ ਸਟਾਰਟ ਹੋ ਗਿਆ ਤੁਹਾਡੇ ਮੈਸੇਜ ਆਉਣ ਲੱਗੇ ਕਿਦਾਂ ਜੀ ਕਿਦਾਂ ਜੀ ਠੀਕ ਠਾਕ ਟਾਈਮ ਥੋੜਾ ਔੜ ਗਿਆ ਵਾ ਆ ਇੰਡੀਆ ਵਾਲੇ ਮੈਨੂੰ ਲੱਗਦਾ ਕਿ ਹਲੇ ਸੁੱਤੇ ਪਏ ਹੋਣੇ ਨੇ ਕਿਉਂਕਿ ਜਿਹੜੇ ਬੰਦੇ ਲਾਈਵ ਲਾਈਵ ਦੇਖਦੇ ਐ ਇੰਨੀ ਦੇ ਘੱਟੇ ਉੱਠਦੇ ਨੇ ਮੈਨੂੰ ਲੱਗਦਾ ਉਹ ਇੰਡੀਆ ਦਾ ਵਾਲੇ ਮੈਨੂੰ ਲੱਗਾ 5:30 ਪੌਣੇ 6 ਦੇ ਆਸ-ਪਾਸ ਦਾ ਟਾਈਮ ਹੋਣਾ ਬੰਲਾ ਦਾ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਦਾਂ ਠੀਕ ਠਾਕ ਜੀ ਤੇ ਇੱਧਰ ਆਲਮੋਸਟ 5 ਵਜਣੇ ਵਾਲੇ ਆ ਜੀ ਸ਼ਾਮ ਦੇ ਕੈਨੇਡਾ ਵਾਲੇ ਪਾਸੇ ਆਸਟ੍ਰੇਲੀਆ ਵਾਲੇ ਵੀ ਉੱਠ ਗਏ ਹੋਣੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਸਾਰੇ ਪਾਸੇ ਤੇ ਕਿਦਾਂ ਜੀ ਠੀਕ ਠਾਕ ਹੋ ਨਿਊਯਾਰਕ ਵਾਲੇ ਵਾਜੀ ਸੁਪਰੀਮ ਜੱਟ ਜੀ ਕਿਦਾਂ ਠੀਕ ਠਾਕ ਜੀ ਆ ਨਹੀਂ ਨਹੀਂ ਸਾਰਾ ਅਸੀਂ ਕੰਮ ਕਰਨ ਵਾਲੇ ਬੰਦੇ ਆ ਜੀ ਠੀਕ ਹੈ ਤੁਸੀਂ ਉੱਠ ਗਏ ਜੀ ਸਤਿ ਸ਼੍ਰੀ ਅਕਾਲ ਜੀ ਜੀ ਐਨੂੰ ਸਾਰਿਆਂ ਨੂੰ ਆ ਪਾਕਿਸਤਾਨ ਵਾਲੇ ਉਹ ਤੁਹਾਡਾ ਵੀ ਸਵਾਗਤ ਹੈ ਜੀ ਜੀ ਆਇਆਂ ਨੂੰ ਕਿਦਾਂ ਸਭ ਠੀਕ ਠਾਕ ਮੈਂ ਐਕਚੁਅਲੀ ਸੀਗਾ ਕੈਨੇਡਾ ਤੇ ਪਹਿਲਾਂ ਤਾਂ ਮੈਂ ਪਲਾਨ ਕੀਤਾ ਸੀ ਵੀ ਥੋੜਾ ਲੇਟ ਹੀ ਕਰੂੰਗਾ ਲਾਈਵ ਜਦੋਂ ਇੰਡੀਆ ਵਾਲੇ ਉੱਠ ਜਾਣਗੇ ਪਰ ਪੰਗਾ ਕੀ ਆ ਵੀ ਮੈਨੂੰ ਵੀ ਆਏ ਨੂੰ ਹਲੇ 2 ਕਿ ਦਿਨ ਹੀ ਹੋਏ ਨੇ ਕੱਲ ਹੀ ਆਇਆ ਮੈਂ ਪਰਸੋਂ ਪਰਸੋਂ ਰਾਤੀ ਜੀ ਪਹੁੰਚੇ ਆ ਤੇ ਮੇਰਾ ਵੀ ਹਲੇ ਟਾਈਮ ਜਿਆ ਸੈੱਟ ਨਹੀਂ ਹੋਇਆ ਔਰ ਜੈਟ ਲੈਗ ਕਰਕੇ ਸ਼ਾਮ ਜੀ ਨੂੰ ਐਸਕੇ ਟਾਈਮ ਨੂੰ ਬਸ ਨੀਂਦ ਆਉਣ ਲੱ ਜਾਂਦੀ ਆ ਤੇ ਉੱਠ ਤਾਂ ਮੈਂ ਬਹੁਤ ਅਰਲੀ ਜਨਾ ਪਹਿਲਾਂ ਮੈਂ ਸੋਚਿਆ ਸੀਗਾ ਵੀ ਰਾਤੀ ਪਾਉਂਗਾ ਬਟ ਫਿਰ ਮਨ ਲੱਗਿਆ ਵੀ ਥੋੜੀ ਨੀਂਦ ਹੀ ਆਉਣ ਲੱਗੀ ਮੈਂ ਕਿਤੇ ਇਹ ਨਾ ਹੋਵੇ ਘੰਟੇ ਦੋ ਘੰਟੇ ਤੱਕ ਪਟਾਕਾ ਪੈ ਜਵੇ ਸੋ ਮਨਨ ਜੀ ਕਹਿੰਦੇ ਵਾਚਿੰਗ ਜਗਿੰਦਰ ਸਿੰਘ ਥੈਂਕ ਯੂ ਜੀ ਥੈਂਕ ਯੂ so much ਬਹੁਤ ਅੱਛੀ ਫਿਲਮ ਬਣੀ ਸੀ ਜੀ ਸੂਬੇਦਾਰ ਜਗਿੰਦਰ ਸਿੰਘ ਥੈਂਕ ਯੂ ਜੀ ਪਾਜੀ ਅਰਦਾਸ ਦਾ ਅਗਲਾ ਪਾਰਟ ਜ਼ਰੂਰ ਹਾਂ ਜਰੂਰ ਵੀਰੇ ਨੈਕਸਟ ਪਾਰਟ ਜ਼ਰੂਰ ਬਣਾਵਾਂਗੇ ਥੈਂਕ ਯੂ ਮਿਹਰਬਾਨੀ ਤੁਸੀਂ ਪਹਿਲੇ ਦੋਨੇ ਜਿਹੜੇ ਪਾਰਟ ਸੀ ਉਹਨਾਂ ਨੂੰ ਪਸੰਦ ਕੀਤਾ ਥੈਂਕ ਯੂ ਜੀ ਆ ਦਬਈ ਤੋਂ ਆ ਪਾਜੀ ਸ਼ਾਨਵਿੰਦਰ ਜੀ ਕਿਦਾਂ ਠੀਕ ਠਾਕ ਹੋ ਜੀ ਸ਼ਿੰਦਾ ਕਿੱਧਰ ਆ ਸ਼ਿੰਦਾ ਯਾਰ ਮੈਨੂੰ ਲੱਗਦਾ ਕਿ ਹਲੇ ਉਹਨਾਂ ਦਾ ਵੀ ਟਾਈਮ ਜਿਆ ਸੈੱਟ ਨਹੀਂ ਹੋਇਆ ਮੈਨੂੰ ਲੱਗਦਾ ਸਵੇਰੇ ਬਹੁਤ ਅਰਦੀ ਉੱਠ ਜਾਂਦੇ ਨੇ 2:3 3 ਵਜੇ ਉੱਠ ਜਾਂਦੇ ਨੇ ਉਹ ਵੀ ਤੇ ਹੁਣ ਮੈਨੂੰ ਲੱਗਦਾ ਪੈ ਗਏ ਹੋਣੇ ਨੇ ਆ ਕਹਿੰਦੇ ਜੀ ਸ਼ਿਕਾਗੋ ਤੋਂ ਕਰੋਨਾ ਤੋਂ ਬਚ ਕੇ ਹਾਂ ਜੀ ਜੀ ਕਰੋਨਾ ਤੋਂ ਬਚ ਕੇ ਆ ਜੀ ਅਸੀਂ ਬਹੁਤ ਧਿਆਨ ਰੱਖਦੇ ਆ ਜੀ ਤੁਹਾਨੂੰ ਵੀ ਸਾਰਿਆਂ ਨੂੰ ਰਿਕਵੈਸਟ ਹੈ ਜੀ ਕਿ ਬਹੁਤ ਅਹ ਧਿਆਨ ਰੱਖੋ ਕਿਤੇ ਵੀ ਜਾਨੇ ਹੋ ਮਾਸਕ ਮੂਸ ਕ ਆਪਣੀ ਪ੍ਰਕਾਸ਼ਨਸ ਡੈਫੀਨੇਟਲੀ ਅ ਵਰਤੋ ਕਿਉਂਕਿ ਪਤਾ ਨਹੀਂ ਹੈ ਕਰੋਨਾ ਦਾ ਵੀ ਅਜੀਬ ਜਿਹਾ ਹਾਲ ਹੋ ਚੁੱਕਿਆ ਵਾ ਉਹ ਤੁੱਕਾ ਹੀ ਆ ਕਿਸਮਤ ਆ ਜੇ ਕਹਿੰਦੇ ਬਚ ਗਿਆ ਕੋਈ ਬਚ ਗਿਆ ਪਤਾ ਨਹੀਂ ਕਿਹੜੇ ਵੇਲੇ ਕਿਹਨੂੰ ਹੋ ਜਾਂਦਾ ਹਨ ਸੋ ਪਲੀਜ਼ ਧਿਆਨ ਰੱਖਿਓ ਜੀ ਸੋ ਅੱਜ ਜਿਹੜਾ ਖਾਸ ਤੌਰ ਦੇ ਉੱਤੇ ਆਪਾਂ ਲਾਈਵ ਹੋਏ ਆ ਲਾਈਵ ਹੋਣ ਦਾ ਬੇਸਿਕਲੀ ਤੁਹਾਨੂੰ ਅਪਡੇਟ ਇਹੀ ਦੇਣੀ ਸੀ ਵੀ ਕੱਲ ਨੂੰ ਅ ਐਲਬਮ ਦਾ ਪੋਸਟਰ ਆ ਜਿਹੜਾ ਉਰ ਰੀਲੀਜ਼ ਹੋ ਜਾਣਾ ਜੀ ਤੇ ਐਲਬਮ ਦਾ ਪੋਸਟਰ ਰੀਲੀਜ਼ ਹੋਣਾ ਤੇ ਤੁਹਾਨੂੰ ਪਤਾ ਲੱਗ ਜਾਣਾ ਵੀ ਪਹਿਲਾ 뮤직 ਵੀਡੀਓ ਜਿਹੜਾ ਉਹ ਐਲਬਮ ਦਾ ਕਿੰਨੀ ਤਰੀਕ ਨੂੰ ਆਊ ਐਲਬਮ ਦਾ ਨਾਮ ਹੈਗਾ ਦਾ ਮੇਨ ਮੈਨ ਆਪਾਂ ਪਹਿਲਾਂ ਵੀ ਅਨਾਉਂਸ ਕੀਤੀ ਸੀ ਠੀਕ ਹੈ ਤੇ ਦਾ ਮੇਨ ਮੈਨ ਦਾ ਪਹਿਲਾ ਗਾਣਾ ਕਿੰਨੀ ਤਰੀਕ ਨੂੰ ਆਊਗਾ ਤੇ ਐਲਬਮ ਆ ਜਿਹੜੀ ਉਹ ਕਿੰਨੀ ਤਰੀਕ ਨੂੰ ਆਜੂਗੀ ਹੈਨਾ ਸੋ ਸਾਰਾ ਕੁਝ ਉਹਦੇ ਤੇ ਅਪਡੇਟ ਆ ਤੇ ਡੇਟਾ ਅਪਡੇਟ ਨੇ ਤੇ ਬਟ ਹਾਲੇ ਤੁਹਾਨੂੰ ਅਸੀਂ ਇਹ ਨਹੀਂ ਦੱਸਿਆ ਵੀ ਉਹਦੇ ਚ ਕੌਣ ਕੌਣ ਆ ਕੀ ਕੀ ਆ ਉਹ ਹੌਲੀ ਹੌਲੀ ਸਰਪ੍ਰਾਈਜ਼ ਦੇਵਾਂਗੇ ਜਿੰਨੀਆਂ ਵੀ ਕਲੈਬਰੇਸ਼ਨਸ ਜਾਂ ਜੋ ਜੋ ਕੁਝ ਵੀ ਹੈ ਤੇ ਮੇਕ ਸ਼ੋਰ ਕੱਲੋਂ ਜਦੋਂ ਪੋਸਟਰ ਆਉਂਦਾ ਵਾ ਤੁਸੀਂ ਮੇਰੇ ਸਾਰੇ ਵੀਰ ਸ਼ੇਅਰ ਜ਼ਰੂਰ ਕਰਿਓ ਜਿੱਥੇ ਜਿੱਥੇ ਤਾਂ ਕਿ ਆਂਦਾ ਪੋਸਟਰ ਕਿਉਂਕਿ ਮੈਂ ਬੜੇ ਟਾਈਮ ਬਾਅਦ ਮਿਲਦਾ ਪੰਜ ਚਾਰ ਪੰਜ ਸਾਲ ਹੋ ਗਏ ਦੇਸੀ ਰੌਕਸਟਾਰ 2 ਕੀਤੀ ਨੂੰ ਵੀ ਹੈਨਾ ਉਹਦੇ ਚ ਗਾਣਾ ਸੀ ਲੰਘਿਆ ਨਾ ਕਰ ਵੱਲੋਂ ਛੜਿਆ ਨਿਕਲੀ ਤੈਨੂੰ ਪੱਟ ਲੈਣਗੇ ਤੇਰੇ ਹੱਥ ਵਿੱਚ ਹਾਨਦੀਏ ਨਹੀਂ ਜਾਨ ਮੁੰਡੇ ਦੀ ਹੈਨਾ ਤੇ ਉਸ ਤੋਂ ਪਹਿਲਾਂ ਜਿਹੜੀ ਦੇਸੀ ਉਸ ਤੋਂ ਪਹਿਲਾਂ ਵਾਲੀ ਐਲਬਮ ਸੀ ਉਹ 2012 ਪਤ ਨਹੀਂ 11 ਚ ਸੀਗੀ 11 ਚ ਆ ਤੱਕ ਕਿ ਤਰ੍ਹਾਂ ਹਜ਼ਨ ਕੋਰੀਏ ਹੱਥੋਂ ਹਥਿਆਰ ਗਏ ਤੈਨੂੰ ਫੁੱਲਾਂ ਵਰਗੀ ਕਹੀਏ ਜਾਂ ਫੁੱਲ ਤੇਰੇ ਵਰਗੇ ਨੇ ਹਨ ਸੋ ਉਸ ਤੋਂ ਪਹਿਲਾਂ ਐਲਬਮਾਂ ਆਉਂਦੀਆਂ ਹੁੰਦੀਆਂ ਸੀ ਲਗਾਤਾਰ ਸੋ ਹੁਣ ਤਾਂ ਐਲਬਮ ਕਰਨੀ ਬਹੁਤ ਔਖੀ ਹੋ ਗਈ ਆ ਬਟਾ ਮੈਨੂੰ ਲੱਗਦਾ ਕਿ ਜਦੋਂ ਸਾਰੇ ਜਾਣੇ ਹੁਣ ਘਰਾਂ 'ਚ ਬੈਠੇ ਸੀਗੇ ਤੇ ਉਸ ਟਾਈਮ ਕਾਫੀ ਲੁਕਸ ਆਰਟਿਸਟਾਂ ਨੇ ਐਲਬਮਾਂ ਕੀਤੀਆਂ ਨੇ ਐਤਕੀ ਬੜੀਆਂ ਐਲਬਮ ਆਈਆਂ ਸੋ ਉਦਾਂ ਹੀ ਆਪਣੀ ਵੀ ਐਲਬਮ ਆ ਰਹੀ ਹੈ ਤੇ ਐਲਬਮ ਦਾ ਟਾਈਟਲ ਦਾ ਮੇਨ ਮੈਨ ਸੋ ਮੇਕ ਸ਼ੋਰ ਕੱਲ ਨੂੰ ਸ਼ਾਮ ਨੂੰ 5 ਵਜੇ ਕੱਲ ਸ਼ਾਮ ਨੂੰ 5 ਵਜੇ ਇੰਡੀਆ ਦੇ ਟਾਈਮ ਦੇ ਸੰਬੰਧ ਤੌਰ 'ਤੇ ਹਨਾ ਤੇ ਪੋਸਟਰ ਆਉਣਾ ਵਾ ਤੇ ਜਰੂਰ ਸ਼ੇਅਰ ਕਰਿਓ ਕੱਲ ਨਹੀਂ ਮਤਲਬ ਉਹ ਮੈਂ ਰੋਂਗ ਕਹੀ ਹੈ ਨਾ ਇੰਡੀਆ ਦੇ ਤਾਂ ਅੱਜ ਹੀ ਸ਼ਾਮ ਨੂੰ 5 ਵਜੇ ਇਹਦਾ ਕੈਨੇਡਾ ਦੇ ਹਿਸਾਬ ਨਾਲ ਮੇਰਾ ਕੱਲ ਨੂੰ ਸਵੇਰੇ ਅਰਲੀ ਮਾਰਨਿੰਗ 5 ਵਜਣੇ ਆ ਤੇ ਇੰਡੀਆ ਦੇ ਸ਼ਾਮ ਨੂੰ 5 ਵਜੇ ਅੱਜ ਹੀ ਤੇ ਟਾਈਮ ਹੀ ਗਲਤ ਵਸਤਾ ਸੀਗਾ ਹਨਾ ਤੇ ਮੇਕ ਸ਼ੋਰ ਤੁਸੀਂ ਸਾਰੇ ਜਣੇ ਉਸ ਟਾਈਮ ਜਿਹਨੂੰ ਜਿਹਨੂੰ ਵੀ ਮਿਲਦਾ ਰਿਹਾ ਪੋਸਟਰ ਸ਼ੇਅਰ ਕਰੀ ਜਾਓ ਜੀ ਆ ਟ੍ਰਾਂਟੋ ਕਦੋਂ ਆਣਾ ਵੀਰੇ ਹਲੇ ਤਾਂ ਵੀਰੇ ਕੋਈ ਪਲੈਨਿੰਗ ਹੈ ਜੀ ਹਲ ਤਾਂ ਬੈਠਿਆ ਕਰੇ ਅੰਦਰ ਹੀ ਤੜੇ ਹੋਏ ਆ ਤੇ ਓਕੇ ਰਿਪੋਰਟ ਆ ਤੇ ਇੰਜੋਏ ਕਰ ਰਹੇ ਆ ਵੈਦਰ ਬਹੁਤ ਅੱਛਾ ਵਾ ਤੇ ਮੌਸਮ ਵਧੀਆ ਵਾ ਮੜਾ ਮੜਾ ਰਿਆ ਹੁਣ ਕਿੜਮਣ ਕਿੜਮਣ ਜੀ ਹੋਣ ਲੱਗੀ ਸੀਗੀ ਤੇ ਇੰਜੋਏ ਕਰ ਰਹੇ ਆ ਜੀ ਹਲੇ ਫਿਲਹਾਲ ਤੇ ਗਾਣਿਆਂ ਦੀ ਤਿਆਰੀ ਹੋ ਰਹੀ ਆ ਐਲਬਮ ਚ ਦੇਖਦੇ ਆ ਵੀ ਕਿੰਨੇ ਗਾਣੇ ਆ 8-10 ਗਾਣੇ ਤਾਂ ਮੈਨੂੰ ਲੱਗਦਾ ਕਰਾਂਗੇ ਕਰਾਂਗੇ 8 8 ਗਾਣੇ ਤਾਂ ਹੋ ਹੀ ਗਏ ਨੇ ਕੋਸ਼ਿਸ਼ ਆ ਵੀ 2-3 ਗਾਣੇ ਹੋਰ ਪਾ ਦਿੱਤੇ ਜਾਣ ਹਨ ਉਹ ਬਣ ਰਹੇ ਨੇ ਉਹਨਾਂ ਦੀਆਂ ਪਲੈਨਿੰਗਾਂ ਮੈਂ ਡੱਬ ਕਰਕੇ ਆਇਆ ਸੀ ਆਲਮੋਸਟ ਸਾਰੇ ਤੇ ਕਾਫੀ ਗਾਣੇ ਕੀਤੇ ਹੋਏ ਨੇ ਦੇਖਦੇ ਆ ਐਲਬਮ ਆਣੀ ਹੈ ਜਾਂ ਪੋਸਟਰ ਕੱਲਾ ਨਹੀਂ ਕੱਲ ਨੂੰ ਸਿਰਫ ਵੀਰੇ ਪੋਸਟਰ ਆਉਣਾ ਵਾ ਤੇ ਬਸ ਥੋੜੇ ਦਿਨਾਂ ਚ ਹੀ ਨਾਲ ਹੀ ਉਹਤੇ ਡੇਟ ਪਈ ਹੋਈ ਆ ਵੀ ਪਹਿਲਾ ਵੀਡੀਓ ਕਦੋਂ ਆਊਗਾ ਤੇ ਪੂਰੀ ਐਲਬਮ ਕਦੋਂ ਆਊਗੀ ਆਈ ਲੋ ਅੱਜ ਮਹੀਨੇ ਚ ਅੱਜ ਤਾਂ ਹੁਣ ਚੜਨਾ ਤੇ ਆਪਾਂ ਪਟਾਕੇ ਪਾਉਂਦੇ ਜਾਣੇ ਆ ਜੀ ਤੇ ਗਾਹ ਪਾ ਦਨਾਵਾ ਅ ਕੈਨੇਡਾ ਚੋਂ ਵੀਰੇ ਤੁਸੀਂ ਬਿਲਕੁਲ ਜੀ ਕੈਨੇਡਾ ਚਿਆਂ ਜੀ ਬਾਈ ਜੀ ਟਰੈਕ ਲਿਸਟ ਦੇ ਦਿਓ ਟਰੈਕ ਲਿਸਟ ਦੇਵਾਂਗੇ ਜੀ ਟਰੈਕ ਲਿਸਟ ਨੂੰ ਥੋੜੇ ਜੇ ਦਿਨ ਲੱਗਣੇ ਨੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਹਲੇ 8 ਗਾਣੇ ਲੌਕ ਹੋਏ ਨੇ ਤੇ ਗਾਣੇ ਆਪਾਂ ਵਧਾਉਣੇ ਨੇ ਥੋੜੇ ਜੇ ਹੋਰ 2-4 ਗਾਣੇ ਹੋਰ ਪਾਵਾਂਗੇ 2 ਜਾਂ 3 ਦੇਖਦੇ ਕਿੰਨੇ ਪੈਂਦੇ ਆ ਸੋ ਉਹ ਸਾਰੇ ਕੰਪਲੀਟ ਹੋਏ ਤੇ ਟਰੈਕ ਲਿਸਟ ਕੱਢਾਂਗੇ ਹਨਾ ਅ ਸਨੋ ਪੈ ਰਹੀ ਐ ਬਰੋ ਕੇ ਕਣੀਆਂ ਕਣੀਆਂ ਹੀ ਪੈ ਰਹੀਆਂ ਬਾਈ ਜੀ ਉਹ ਵੀ ਨਾ ਬਰਾਬਰ ਜੀ ਨੇ ਮਡੀਆਂ ਮਡੀਆਂ ਨਹੀਂ ਆ ਦੇ ਮੌਸਮ ਪਰ ਅੱਛਾ ਐ ਬਹੁਤ ਆਹਾ ਵੀਊ ਬਹੁਤ ਅੱਛਾ ਐ ਮੌਸਮ ਅੱਛਾ ਐ ਮਾਹੌਲ ੜਿਆ ਮੱਠੀ ਮੱਠੀ ਜੀ ਠੰਡ ਐ ਤੇ ਬਹੁਤ ਜ਼ਿਆਦਾ ਠੰਡ ਵੀ ਹੈ ਨੀਗੀ ਤੇ ਗਰਮੀ ਵੀ ਹੈ ਨੀਗੀ ਸੋ ਵਧੀਆ ਵਾ ਆ ਓਕੇ ਬਾਈ ਜੀ ਬਹੁਤ ਪਿਆਰ ਜੀ ਜ਼ਿਆਦਾ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਤੇ ਤੁਸੀਂ ਆਪਣਾ ਧਿਆਨ ਰੱਖਿਓ ਜੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਕਹਿ ਰਿਹਾ ਕਿਉਂਕਿ ਕਈ ਵਾਰੀ ਅੱਜ ਦਾ ਮੈਂ ਵੀ ਘਰੇ ਛੋਟੇ ਬੱਚੇ ਨੇ ਤੇ ਉਹਨਾਂ ਕਰਕੇ ਪ੍ਰਕਾਸ਼ਨ ਬਹੁਤ ਜ਼ਿਆਦਾ ਰੱਖਣਾ ਪੈਂਦਾ ਕਿਉਂਕਿ ਬਿਮਾਰੀ ਹੈ ਜੀ ਬੋ ਗਰੀਵ ਜੀ ਆ ਤੇ ਇਹ ਨਹੀਂਗਾ ਕਿ ਤੁਹਾਨੂੰ ਤੁਸੀਂ ਬਾਕੀਆਂ ਦਾ ਵੀ ਧਿਆਨ ਰੱਖਣਾ ਆਪਣੇ ਪਰਿਵਾਰ ਦਾ ਵੀ ਧਿਆਨ ਰੱਖਣਾ ਔਰ ਔਖਾ ਵਾ ਮੈਨੂੰ ਪਤਾ ਕਾਮਾਕਾਰਾਂ ਦੇ ਲਈ ਕਈ ਵਾਰੀ ਆਪਾਂ ਨੂੰ ਜਾਣਾ ਪੈਂਦਾ ਵੀ ਕਾਮਾਂ ਦੇ ਲਈ ਸੋ ਮੇਕ ਸ਼ੋਰ ਜਾਓ ਜ਼ਰੂਰ ਕਰੋਗੇ ਆਪਣੇ ਕੰਮ ਕਰ ਪਰ ਧਿਆਨ ਰੱਖਿਓ ਵੀ ਥੋੜਾ ਜਿਹਾ ਪ੍ਰਕਾਸ਼ਨ ਜ਼ਰੂਰ ਵਰਤਿਆ ਕਰੋ ਏ ਆ ਕਿਦਾਂ ਬਈ ਜੀ ਕਿਦਾਂ ਠੀਕ ਹੋ ਜੀ ਆਂ ਜੀ ਵੀਰੇ ਸਾਹਿਬ ਬਹੁਤ ਵਧੀਆ ਜੀ ਬਿਲਕੁਲ ਬਿਲਕੁਲ ਓਕੇ ਰਿਪੋਰਟ ਆ ਜੀ ਥੈਂਕ ਯੂ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਜੀ ਜਿਹੜੇ ਆ ਕੇ ਨਾਈਸ ਟੂ ਸੀ ਯੂ ਦਾ ਸੇਮ ਇਰ ਬ्रो ਥੈਂਕ ਯੂ ਜੀ ਔਜਲੇ ਨਾ ਕਦੋਂ ਆ ਰਿਹਾ ਜੀ ਗਾਣਾ ਵੀਰੇ ਸਾਰਿਆਂ ਨੂੰ ਆ ਜਾਣੇ ਨੇ ਜੀ ਸਾਰੇ ਜੋ ਜੋ ਗਾਣੇ ਕੀਤੇ ਹੋਏ ਨੇ ਉਹ ਸਾਰੇ ਗਾਣੇ ਆਉਣਗੇ ਉਹਨਾਂ ਦਾ ਅਪਡੇਟ ਦੇਵਾਂਗੇ ਵਾਰਨਿੰਗ ਦਾ ਐਪੀਸੋਡ ਕਦੋਂ ਆ ਰਹੇ ਨੇ ਵਾਰਨਿੰਗ ਦਾ ਐਪੀਸੋਡ ਨਹੀਂ ਜੀ ਆਉਣਾ ਹੁਣ ਵਾਰਨਿੰਗ ਫਿਲਮ ਬਣਾ ਦਿੱਤੀ ਐ ਤੇ ਫਿਲਮ ਉਹ ਸਾਰੀ ਸ਼ੂਟ ਹੋ ਗਈ ਹੈ ਜੀ ਮੇਰਾ ਪੋਸਟਰ ਵੀ ਪਾਇਆ ਸੀ ਮੈਂ ਵੀ ਉਹਦੇ ਵਿੱਚ ਤੇ ਪ੍ਰਿੰਸ ਹੈ ਧੀਰੇਜ ਹੈ ਉਹ ਤਾਂ ਸਾਰੇ ਹੈਗੇ ਨੇ ਤੇ ਉਹ ਸਾਰੇ ਦੇ ਫਿਲਮ ਦਾ ਜਿਹੜਾ ਵੀ ਅਪਡੇਟ ਹੋਊਗਾ ਉਹ ਤੁਹਾਨੂੰ ਥੋੜੇ ਦਿਨਾਂ ਤੱਕ ਦੱਸਾਂਗੇ ਜੀ ਕਰਾਂਗੇ ਬਾਈ ਜੀ ਬੱਬੂ ਮਾਨ ਜੀ ਨਾਲ ਫੋਟੋ ਬੱਬੂ ਮਾਨ ਬਾਈ ਨਾਲ ਫੋਟੋ ਪਾਉ ਉਹ ਵੀ ਕੈਨੇਡਾ ਹੀ ਨੇ ਬਿਲਕੁਲ ਵੀਰੇ ਮੈਂ ਤਾਂ ਐਕਚੁਅਲੀ ਕੁਆਰੰਟਾਈਨ 'ਚ ਆਂ ਜੀ ਤੇ ਮੈਂ ਬਾਹਰ ਜਾਣ ਹੀ ਜਾਦਾ ਹੈਗਾ ਹਲੇ ਮਤਲਬ ਜਾਣ ਨੂੰ ਤੇ ਉਹ ਨਹੀਂ ਹੈ ਪਰ ਤੁਸੀਂ ਨਾ ਜਾਓ ਕਿਉਂਕਿ ਜੋ ਲੋਕੀ ਕਹਿੰਦੇ ਨੇ ਕਿ ਸਰਕਾਰ ਕਹਿੰਦੀ ਆ ਕਿ ਤੁਸੀਂ ਕਿਤੋਂ ਵੀ ਆਏ ਹੋ ਜਦੋਂ ਟਰੈਵਲ ਹੋ ਕੇ ਆਏ ਹੋ ਤਾਂ ਤੁਹਾਨੂੰ ਰੁਕਣਾ ਚਾਹੀਦਾ ਤੇ ਸਾਰੀਆਂ ਚੀਜ਼ਾਂ ਹਨਾ ਸੋ ਮੇਕ ਸ਼ੋਰ ਤੁਸੀਂ ਵੀ ਉਵੇਂ ਹੀ ਧਿਆਨ ਰੱਖਿਓ ਤੇ ਥੈਂਕ ਯੂ ਜੀ ਵੀਰੇ ਅਮਰਿੰਦਰ ਗਿੱਲ ਨਾਲ Song ਕਰੋ ਜ਼ਰੂਰ ਵੀਰੇ ਮੋਸੇ ਵਾਲੇ ਨਾਲ ਕਰੋ ਜ਼ਰੂਰ ਵੀਰੇ ਸਾਰੇ ਡੈਫੀਨੇਟਲੀ ਜੀ ਕੋਸ਼ਿਸ਼ ਕਰਾਂਗੇ ਕਿ ਔਰ ਅਸੀਂ ਕੋਸ਼ਿਸ਼ ਕਰਦੇ ਵੀ ਆਂ ਔਰ ਤੁਸੀਂ ਵੀ ਇੱਕ ਮੈਂ ਤੁਹਾਨੂੰ ਇੱਕ ਦੱਸਦਾ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਮੈਂ ਕਿ ਤੁਸੀਂ ਪਲੀਜ਼ ਸਾਰੇ ਜਾਣੇ ਨਾ ਜਿੰਨੇ ਵੀ ਤੁਸੀਂ ਫੇਸਬੁੱਕ ਜਾਂ ਇੰਸਟਾਗ੍ਰam ਜਾਂ ਕਿਤੇ ਵੀ ਬੈਠਦੇ ਹੋ ਜਾਂ ਆਪਾਂ ਰੋ ਚਲਾਉਂਦੇ ਆ ਦੇਖੋ ਪਹਿਲਾਂ ਹੀ ਲਾਈਵ ਦੇ ਵਿੱਚ ਨਾ ਬੜੀਆਂ ਉਹਦੇ ਕਾਰਨ ਉਹ ਜ਼ਿੰਦਗੀ ਸਾਰਿਆਂ ਦੀ ਡਿਪਰੈਸਡ ਹੀ ਚੱਲ ਰਹੀ ਆ ਤਿੰਨ ਚਾਰ ਮਹੀਨੇ ਪੰਜ ਵੀ ਮਹੀਨੇ ਇਹਦੇ ਚ ਲੰਘੇ ਲੋ ਆਪਾਂ ਘਰੇ ਬੈਠੇ ਆ ਟੈਨਸ਼ਨ ਕਿਸੇ ਦਾ ਫਾਈਨੈਂਸ਼ੀਅਲੀ ਚੀਜ਼ਾਂ ਹੱਥ ਹੋ ਗਿਆ ਕਿਸੇ ਦਾ ਖੋਜ ਹੋ ਗਿਆ ਤੇ ਉੱਤੇ ਦੀ ਜੜੀਆਂ ਕਈ ਵਾਰੀ ਆਰਟਿਸਟਾਂ ਦੀਆਂ ਜਾਂ ਕਈ ਵਾਰੀ ਹੋਰ ਚੱਕੜਾਂ ਨਹੀਂ ਐ ਫੈਨ ਵਾਰਸ ਆਪਾਂ ਚਲਾ ਦਿੰਨੇ ਆ ਹਨ ਦੇਖੋ ਸਾਰਿਆਂ ਦਾ ਆਪਸ ਦੇ ਵਿੱਚ ਪਿਆਰ ਹੈ ਬੜੇ ਟਾਈਮ ਤੋਂ ਲੋਕੀ ਅਸੀਂ ਕਈ ਵਾਰੀ ਸ਼ੁਰੂ-ਸ਼ੁਰੂ ਚ ਹੁਣ ਤਾਂ ਘਟ ਗਈਆਂ ਚੀਜ਼ਾਂ ਅਸੀਂ ਸੋਚਦੇ ਹੁੰਦੇ ਸੀਗੇ ਬੜੇ ਲੋਕੀ ਮੈਨੂੰ ਜਦੋਂ ਕਈ ਵਾਰੀ ਮਿਲਦੇ ਹੁੰਦੇ ਕਹਿੰਦੇ ਵੀਰੇ ਥੋੜਾ ਦਲਜੀਤ ਨਾਲ ਕੋਈ ਪੰਗਾ ਹੈ ਅਸੀਂ ਬੜੇ ਹੈਰਾਨ ਹੁੰਦੇ ਵੀ ਯਾਰ ਮੇਰਾ ਮੇਰਾ ਕੀ ਮਤਲਬ ਕਿਉਂ ਪੰਗਾ ਹੈ ਦਲਜੀਤ ਨੂੰ ਵੀ ਲੋਕੀ ਇਦਾਂ ਹੀ ਪੁੱਛਦੇ ਸੀ ਹਨਾ ਸੋ ਦੇਖੋ ਆਰਟਿਸਟਾਂ ਦਾ ਆਪਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਜੀ ਸਭ ਕੁਝ ਨਾਰਮਲ ਆ ਕਈ ਵਾਰੀ ਜਦੋਂ ਤੁਸੀਂ ਆਰਟਿਸਟ ਵੈਸੀ ਜਿਵੇਂ ਹੁਣ ਮੈਂ ਫਿਲਮਾਂ ਕਰਦਿਆਂ ਉਹ ਫਿਲਮਾਂ ਕਰਦਿਆ ਐਮੀ ਫਿਲਮਾਂ ਕਰਦਾ ਅਮਰਿੰਦਰ ਫਿਲਮਾਂ ਕਰਦਾ ਸੋ ਇੱਕ ਵੈਸੀ ਏਸੀ ਦਾ ਜਿਹੜੇ ਮੈਨੂੰ ਪਿਆਰ ਕਰਦੇ ਉਹ ਕਹੀ ਜਾਂਦੇ ਆ ਇਹਦਾ ਕੰਮ ਘੈਂਟ ਆ ਜਿਹੜੇ ਉਹਨੂੰ ਕਰਦੇ ਉਹ ਕਹਿੰਦੇ ਉਹਦਾ ਕੰਮ ਘੈਂਟ ਆ ਨਿੱਕੀ ਨਿੱਕੀ ਚੀਜ਼ ਪਿੱਛੇ ਰੌਲਾ ਗੋਲਾ ਵੱਧ ਜਾਂਦਾ ਸੋ ਮੇਰੀ ਤੁਹਾਨੂੰ ਇੱਕ ਪਰਸਨਲ ਰਿਕਵੈਸਟ ਆ ਸਾਰਿਆਂ ਨੂੰ ਤੁਸੀਂ ਜਿਹਦੇ ਫੈਨ ਹੋ ਉਹਨੂੰ ਜਿੰਦਾਬਾਦ ਜਿੰਦਾਬਾਦ ਕਰੋ ਤੇ ਜਿਹਦੇ ਫੈਨ ਨਹੀਂ ਹੈਗੇ ਉਹਨੂੰ ਮਰਦਾਬਾਦ ਨਾ ਕਰੋ ਹਨਾ ਆਪਾਂ ਕਿਉਂ ਕਿਸੇ ਲਈ ਨੈਗੇਟਿਵਿਟੀ ਉਹ ਚੀਜ਼ ਕਰਨੀ ਹੈ ਹਨਾ ਸੋ ਕੱਲ ਪਰਸੋ ਮੈਂ ਦੇਖਿਆ ਮੈਂ ਪਲੇਨ ਚ ਸੀਗਾ ਤੇ ਜਦੋਂ ਉਤਰਿਆ ਮੈਂ ਐਮਬੀ ਨੇ ਵੀ ਕੁਝ ਇਦਾਂ ਦਾ ਪਾਇਆ ਸੀਗਾ ਵੀ ਯਾਰ ਜ਼ਰੂਰ ਸਾਰੇ ਜਾਣੇ ਵੀ ਅੱਜ ਕੱਲ ਉਹ ਹਨੀ ਉਹਨੇ ਸਾਰਿਆਂ ਨੂੰ ਕਿਹਾ ਸੀਗਾ ਕਿ ਯਾਰ ਰਿਕਵੈਸਟ ਆ ਮੇਰੀ ਸੋ ਡੈਫੀਨੇਟਲੀ ਯਾਰ ਪਲੀਜ਼ ਤੁਸੀਂ ਕੋਈ ਵੀ ਇਦਾਂ ਦੀ ਚੀਜ਼ ਨਾ ਕਰਿਆ ਕਰੋ ਸਾਰੇ ਆਪਣੇ ਭਰਾ ਨੇ ਸਾਰੇ ਆਪਣੇ ਭਰਾ ਨੇ ਸਾਰਿਆਂ ਨਾਲ ਅ ਇੱਕ ਦੂਜੇ ਮੇਲਾ ਸਾਰਿਆਂ ਦਾ ਰਿਲੇਸ਼ਨ ਵੀ ਇੱਕ ਦੂਜੇ ਨਾਲ ਠੀਕ ਹੈ ਨਿੱਕੇ ਨਿੱਕੇ ਜਿਹੇ ਗੱਲਾਂ ਕਰਕੇ ਐਵੇਂ ਸਾਰੇ ਉਹਦੇ ਕਣ ਨੂੰ ਛੋਟੀ ਜੀ ਕਮਿਊਨਿਟੀ ਆ ਆਪਣੀ ਔਰ ਬਾਬੇ ਦੀ ਮਿਹਰ ਨਾਲ ਕਿੰਨਾ ਵੱਡਾ ਨਾਂ ਕਰ ਰਹੇ ਨੇ ਸਾਰੇ ਔਰ ਜਿਹੜੇ ਨਵੇਂ ਆਰਟਿਸਟ ਜਿੰਨੇ ਵੀ ਹੁਣ ਆਪਣੇ ਆ ਰਹੇ ਨੇ ਦੇਖੋ ਟੈਲੈਂਟਡ ਆਰਟਿਸਟ ਨੇ ਅੱਜ ਅੱਜ ਜੇ ਕਿਸੇ ਦਾ ਉਹਦੇ ਕਣ ਨੂੰ ਅੱਜ ਕੋਈ ਕੰਮ ਕਰ ਰਿਹਾ ਕੱਲ ਨੂੰ ਕਿਸੇ ਹੋਰ ਨੇ ਆਉਣਾ ਪਰਸ ਨੂੰ ਕਿਸੇ ਨੇ ਹੋਰ ਨੇ ਆਉਣਾ ਸਾਰਿਆਂ ਨੂੰ ਇੱਕ ਦੂਜੇ ਦੀ ਰਿਸਪੈਕਟ ਕਰਨੀ ਚਾਹੀਦੀ ਆ ਸੋ ਪਲੀਜ਼ ਮੇਰੀ ਰਿਕੁਐਸਟ ਹੈ ਇਦਾਂ ਨਾ ਕਰਿਆ ਕਰੋ ਇੱਕ ਦੂਜੇ ਨਾਲ ਪਿਆਰ ਬਣਾ ਕੇ ਰੱਖੋ ਤੇ ਬਾਬਾ ਮੇਰ ਕਰੋ ਬਾਕੀ ਆਪਣੇ ਆਪ ਸਾਰੀਆਂ ਚੀਜ਼ਾਂ ਨੇ ਤੁਸੀਂ ਔਡਾ ਜਿਹਨੂੰ ਮਨ ਕਰਦਾ ਤੁਸੀਂ ਉਹਨੂੰ ਸੁਣਿਆ ਕਰੋ ਠੀਕ ਹੈ ਨਾ ਮੈਂ ਤਾਂ ਆ ਮੈਂ ਸਾਰਿਆਂ ਦਾ ਫੈਨ ਆ ਮੈਂ ਬਹੁਤ ਆਰਟਿਸਟਾਂ ਨੂੰ ਸਾਰਿਆਂ ਨੂੰ ਸੁਣਦਾ ਵਾਂ ਮੈਂ ਹਰ ਦੂਜੇ ਚੌਥੇ ਦਿਨ ਕਿਸੇ ਨਾ ਕਿਸਦਾ ਗਾਣਾ ਪਾਉਣਾ ਵਾਂ ਹਰ ਆਰਟਿਸਟ ਦਾ ਕਈਆਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਹੈਗੀ ਪਰ ਮੇਰੀ ਸਾਰਿਆਂ ਨਾਲ ਬਣਦੀ ਆ ਮੈਂ ਉਹਨਾਂ ਨਾਲ ਵੀ ਰਹਿਣਾ ਉਹਨਾਂ ਨਾਲ ਵੀ ਰਹਿਣਾ ਮੈਂ ਉਹਨਾਂ ਨੂੰ ਕਹਿੰਦਾ ਯਾਰ ਵੀ ਕਈਆਂ ਦੀ ਮੈਂ ਕਈ ਮੇਰੇ ਦੋਸਤ ਨੇ ਮੈਂ ਤਾਂ ਉਹਨਾਂ ਦੇ ਕਈਆਂ ਦੇ ਗਾਣੇ ਮੈਨੂੰ ਵਧੀਆ ਲੱਗਦੇ ਨੇ ਔਰ ਮੈਂ ਤੁਹਾਨੂੰ ਸਾ ਅੱਛਾ ਉਹ ਉਹ ਤੁਹਾਡਾ ਕਾਹਦਾ ਚੰਗਾ ਦੋਸਤ ਹੋਇਆ ਜਿਹੜਾ ਤੁਹਾਨੂੰ ਇਹ ਗੱਲ ਕਹੇ ਤੂੰ ਫਲਾਣੇ ਨੂੰ ਨਹੀਂ ਬੁਲਾਉਣਾ ਉਹ ਤੁਹਾਨੂੰ ਫਲਾਣੇ ਨੂੰ ਨਹੀਂ ਬੁਲਾਉਣਾ ਪ੍ਰੋਬਲਮ ਤਾਂ ਇਹ ਹੋਣੀ ਚਾਹੀਦੀ ਆ ਵੀ ਜੇ ਮੈਂ ਕਿਸੇ ਮੁਸੀਬਤ ਜਾਂਦਾ ਮੇਰਾ ਭਰਾ ਮੇਰੇ ਨਾਲ ਖੜਾ ਹੋਣਾ ਚਾਹੀਦਾ ਹਨਾ ਇਹ ਤੁਹਾਨੂੰ ਵੀ ਯਾਰ ਉਹ ਫਲਾਣਾ ਮੁਸੀਬਤ ਸੀ ਤੂੰ ਉਹਦੇ ਨਾਲ ਘਾਤੇ ਚਲੇ ਗਿਆ ਐਹ ਜੀਆਂ ਚੀਜ਼ਾਂ ਕਰਨ ਦੀ ਕੋਈ ਲੋੜ ਨਹੀਂਗੀ ਜੁਸੀਂ ਸਮਝਦਾਰ ਬੰਦੇ ਹੋ ਯਾਰ ਤੇ ਸਾਰੇ ਜਣੇ ਇੱਕ ਦੂਜੇ ਨਾਲ ਪਿਆਰ ਸਤਿਕਾਰ ਬਣਾ ਕੇ ਰੱਖਿਆ ਕਰੋ ਤੁਹਾਡੇ ਨਾਲ ਗੱਲਾਂ ਖੁੱਲ ਕੇ ਕਰ ਲੈਂਦੀਆਂ ਨੇ ਫੇਸਬੁੱਕ ਤੇ ਉੱਤੇ ਜੋ ਕਹਿ ਲਈਦਾ ਵਾ ਮੈਨੂੰ ਐ ਲੱਗਦਾ ਹੁੰਦਾ ਵੀ ਕਈ ਵਾਰੀ ਕੀ ਹੁੰਦਾ ਕਈ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇੱਕ ਦੂਜੇ ਦਾ ਮਨ ਹਲਕਾ ਹੁੰਦਾ ਔਰ ਤੁਸੀਂ ਵੀ ਉਸ ਚੀਜ਼ ਨੂੰ ਫੋਲੋ ਕਰਦੇ ਹੋ ਜਾਂ ਸਮਝਦੇ ਹੋ ਵੀ ਯਾਰ ਇਹ ਚੀਜ਼ ਠੀਕ ਆ ਜਾਂ ਗਲਤ ਆ ਹਨਾ ਪਲੀਜ਼ ਮੇਰੀ ਰਿਕਵੈਸਟ ਆ ਇਸ ਚੀਜ਼ ਨੂੰ ਥੋੜਾ ਇਦਾਂ ਰੱਖਿਓ ਤੇ ਬਾਕੀ ਜਿਹਨਾਂ ਦੇ ਮੈਸੇਜ ਆ ਰਹੇ ਨੇ ਵੀਰੇ ਹਨੀ ਸਿੰਘ ਨਾਲ ਗਾਣਾ ਕਦੋਂ ਆ ਹਨੀ ਸਿੰਘ ਨਾਲ ਵੀਰੇ ਗਾਣਾ ਚੱਲ ਰਿਹਾ ਜੀ ਔਰ ਵਰਕਿੰਗ ਕਰ ਰਹੇ ਆ ਜੀ ਐਲਬਮ ਤੋਂ ਬਾਅਦ ਹੀ ਆਊਗਾ ਗਾਣਾ ਤੇ ਡੈਫੀਨਿਟਲੀ ਆਊਗਾ ਜੀ ਹਨੀ ਭਰਾ ਆਪਣਾ ਤੇ ਬਹੁਤ ਘੈਂਟ ਤਰੀਕੇ ਨਾਲ ਲੱਗੇ ਹੋਇਆ ਗਾਣੇ ਦੇ ਉੱਤੇ ਤੇ ਦਲਜੀਤ ਨਾਲ ਫਿਲਮ ਕਦੋਂ ਆ ਰਹੀ ਵੀਰੇ ਪਾਇਪ ਸਿੰਘ ਜੀ ਪੁੱਛ ਰਿਹਾ ਵੀਰੇ ਦਲਜੀਤ ਨਾਲ ਹਲੇ ਕੋਈ ਫਿਲਮ ਅਲਾਈਨ ਅਪ ਹੈ ਨਹੀਂਗੀ ਬਟ ਜੇ ਕੋਈ ਬਾਬੇ ਦੀ ਕਿਰਪਾ ਨਾਲ ਹੋਈ ਤਾਂ ਡੈਫੀਨਿਟਲੀ ਜ਼ਰੂਰ ਕਰਾਂਗੇ ਜੀ ਠੀਕ ਹੈ ਜੀ ਅਹ ਇਹ ਤੇ ਦਾ ਰਾਤ ਹੋ ਰਹੀ ਹੈ ਬਾਈ ਜੀ ਕਿੱਥੇ ਵੀਰੇ ਹਾਂ ਜੀ ਇੰਡੀਆ ਦਾ ਤਾਂ ਹੋਣੀਆ ਬਿਲਕੁਲ ਜੀ ਅ ਆਮ ਬਿਗ ਫੈਨ ਆਫ ਸ਼ਿੰਦਾ ਫਰਮ ਯੂਕੇ थैंक यू ਵੀਰੇ थैंक यू ਜੀ ਤੇ ਭਾਜੀ ਗਾਣਾ ਸੁਣਾਉਂਦੇ ਗਾਣੇ ਹੁਣ ਤੁਹਾਨੂੰ ਅਗਲੇ ਹਫਤੇ ਤੋਂ ਸਾਰੇ ਸੁਣਾਉਣੇ ਨੇ ਸਾਰੇ ਦੇ ਸਾਰੇ ਕਿਉਂਕਿ ਪਟਾਕਾ ਪਾਣਾਂ ਐਲਬਮ ਵਾਲਾ ਐਲਬਮ ਜਾਨੀ ਆ ਤੁਹਾਡੇ ਕੋਲ ਇੰਨੇ ਗੀਤ ਡਿਗਣੇ ਨੇ ਨਵੇਂ ਇੰਨੇ ਗੀਤ ਡਿਗਣੇ ਆ ਔਰ ਮੈਂ ਜੈਨੂਅਲੀ ਦੱਸਾਂ ਉਹ ਵੀ ਮੈਂ ਪਿੱਛੇ ਜਿੰਨੇ ਵੀ ਗੀਤ ਕੀਤੇ ਨੇ ਤੁਸੀਂ ਟੱਚਵਰਡ ਪਿਆ ਉਹਨਾਂ ਨੂੰ ਪਿਆਰ ਦਿੱਤਾ ਤੁਹਾਡਾ ਬਹੁਤ ਧੰਨਵਾਦੀ ਹਾਂ ਬਟ ਸਾਰੇ ਗੀਤ ਉਹ ਇਦਾਂ ਦੇ ਸੀਗੇ ਵੀ ਮੈਂ ਬਹੁਤ ਕਾਲੀ ਕਾਲੀ ਜੀ ਗੀਤ ਕੀਤੇ ਸੀਗੇ ਟਾਈਮ ਹੀ ਨਹੀਂ ਸੀ ਹੁੰਦਾ ਫਟਾਫਟ ਗਏ ਗੀਤ ਕਰ ਲਿਆ ਉਹੀ ਗਾਣੇ ਨੂੰ ਰਿਲੀਜ਼ ਕਰ ਲਿਆ ਵੀਡੀਓ ਬਣਾ ਲਿਆ ਫਿਲਮਾਂ ਨੇ ਇੰਨਾ ਜ਼ਿਆਦਾ ਬਿਜ਼ੀ ਕਰਤਾ ਸੀਗਾ ਤੇ ਰੀਲੀ ਸੌਰੀ ਹਾਂ ਮੈਂ ਆ ਜਿਹੜੇ ਮੇਰੇ ਕਟੜ ਫੈਨ ਜਿਹੜੇ ਮੇਰੇ ਗਾਣਿਆਂ ਨੂੰ ਪਿਆਰ ਕਰਦੇ ਸੀ ਜਿਨ੍ਹਾਂ ਨੇ ਹਥਿਆਰ ਹਨਾ ਅੰਗਰੇਜ਼ੀ ਵੀਟ ਹਣਾ ਉਹ ਪ੍ਰਾਇਮ ਟਾਈਪ ਜਾਦੀ ਜਦ ਨਸ਼ਾ ਚੜ ਗਿਆ ਹੈਨਾ ਜਦੋਂ ਚੀਰੇ ਵਾਲਿਆ ਵਿਅੱਖ ਲੜ ਗਈ ਦੇਸੀ ਜੱਟ ਪਾਦੂਆ ਖਲਾਰੇ ਬਲੀਏ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ ਸੋ ਸਾਰੇ ਦੇ ਉਸ ਟਾਈਪ ਦੇ ਗਾਣਿਆਂ ਨੂੰ ਜਿਨ੍ਹਾਂ ਨੇ ਪਿਆਰ ਕੀਤਾ ਸੋ ਉਹ ਉਸ ਟਾਈਪ ਦੀਆਂ ਖਤਰਨਾਕ ਚੀਜ਼ਾਂ ਤੁਹਾਨੂੰ ਹੁਣ ਮਿਲਣਗੀਆਂ ਇਸ ਐਲਬਮ ਦੇ ਵਿੱਚ ਸੋ ਬੜੀ ਰੂਲ ਆਈ ਹੈ ਬੜੇ ਬੰਦਿਆਂ ਦੇ ਗੀਤ ਨੇ ਸੋ ਕਈਆਂ ਨੂੰ ਤੁਸੀਂ ਕਈਆਂ ਨਾਲ ਕਹਿੰਦੇ ਸੀ ਇਹਦੇ ਨਾਲ ਗੀਤ ਨਹੀਂ ਕੀਤਾ ਉਹਦੇ ਨਾਲ ਜਿਵੇਂ ਵੀਤ ਨਾਲ ਗੀਤ ਨਹੀਂ ਸੀ ਕੀਤਾ ਬੜਾ ਟਾਈਮ ਹੋ ਗਿਆ ਸੀ ਹੈਨਾ ਸੋ ਸਾਰੇ ਪੁਰਾਣੇ ਬੰਦੇ ਇਕੱਠੇ ਹੋਏ ਆ ਰੌਣਕ ਮੇਲਾ ਲਾਵਾਂਗੇ ਤੇ ਚੀਜ਼ਾਂ ਨਵੀਆਂ ਨਵੀਆਂ ਲੈ ਕੇ ਆਵਾਂਗੇ ਤੇ ਬਾਕੀ ਆਲ ਸੈਟ ਹੈ ਜੀ ਜਿਨੇ ਮੇਰਾ ਦਿਲ ਲੁੱਟਿਆ ਮੂਵੀ ਸੈਂਡ ਕਰਾ ਦਿਓ ਵੀਰੇ ਕਿੱਥੇ ਸੈਂਡ ਕਰਾ ਦੀਏ ਜੀ ਇਹਦੇ ਨੇ ਮੇਰਾ ਦਿਲ ਲੁੱਟਿਆ ਮੂਵੀ ਠੀਕ ਹੈ ਜੀ ਉਹ ਤਾਂ ਬਹੁਤ ਇਨਾ ਟਾਈਮ ਪੁਰਾਣੀ ਮੂਵੀ ਆ ਮੇਰੇ ਕੋਲ ਤਾਂ ਹੈ ਨਹੀਂ ਵੀਰੇ ਹੁਣ ਕਿਤੇ ਆਉਣੀ ਆ ਕਿਤੇ ਡਿਜੀਟਲ ਤੇ ਕਿਸੇ ਦੇ ਪਲੇਟਫਾਰਮ ਦੇ ਉੱਤੇ ਜ਼ਰੂਰ ਹੋਊਗੀ ਇਹ ਇਹੀ ਚਾਹੀਦਾ ਹੁਣ ਵੀਰੇ ਥੈਂਕ ਯੂ ਜੀ ਜ਼ਰੂਰ ਜੀ ਆ ਗਿਪੀ ਵੀਰ ਜੀ ਤੁਸੀਂ ਬਹੁਤ ਸਟਰਗਲ ਕੀਤਾ ਤੁਸੀਂ ਬਚਪਨ ਤੋਂ ਸੁਣ ਰਿਹਾ ਤੁਹਾਨੂੰ ਆ ਥੈਂਕ ਯੂ ਜੀ ਥੈਂਕ ਯੂ ਵੀਰੇ ਥੈਂਕ ਯੂ ਆ ਸਿੱਧੂ ਨਾਲ ਕੋਈ ਕਲੈਬੋਰੇਸ਼ਨ ਆ ਦਿਸ਼ਾਂਤ ਜੀ ਬੋਚ ਰਹੇ ਨੇ ਵੀਰੇ ਡੈਫੀਨੇਟਲੀ ਜੀ ਸਿੱਧੂ ਆਪਣਾ ਭਰਾ ਹੈ ਹਲੇ ਤਾਂ ਆ ਕੋਈ ਗਾਣਾ ਪਲਾਨ ਪਲੈਨਿੰਗ ਚੱਲ ਰਹੀ ਹੈ ਇੱਕ ਦੋ ਵਾਰੀ ਕੋਸ਼ਿਸ਼ ਕਰਨ ਦੀ ਕੀਤੀ ਆ ਬਟ ਹਲੇ ਗਾਣਾ ਕੋਈ ਬਣਿਆ ਨਹੀਂਗਾ ਔਰ ਜਿਹੜਾ ਕਿ ਮੇਰੀ ਲਈ ਵੀ ਫਟੋਵੇ ਉਹਦੇ ਲਈ ਵੀ ਫਟੋਵੇ ਕੋਲ ਕਲੈਬਰੇਸ਼ਨ ਕਰਨ ਦਾ ਉਦੋਂ ਹੀ ਸਵਾਦ ਆਉਂਦਾ ਜਦੋਂ ਦੋਨੇ ਦੋਨੇ ਲੋਕ ਪਾਸੇ ਦੇ ਬੰਦੇ ਉਹਨਾਂ ਲਗੇ ਕਿ ਟਕਾ ਕੇ ਵਾਲੀ ਗੱਲ ਡੈਫੀਨੇਟਲੀ ਡੈਫੀਨੇਟਲੀ ਲੈ ਕੇ ਆਵਾਂਗੇ ਜੀ ਆ ਮੋਰ ਬੋਲਦੇ ਆ ਬਾਈ ਜੀ ਪਿੱਛੇ ਕਹਿੰਦੇ ਆਵਾਜ਼ ਆ ਰਹੀ ਆ ਮੋਰ ਬੋਲਦੇ ਆ ਆ ਮੋਰ ਨਹੀਂਗੇ ਵੀਰੇ ਕੋ ਹੋ ਰਿਹਾ ਜੀ ਬਲੈਤੀ ਜਾਨਵਰ ਕੋਈ ਪਤਾ ਨਹੀਂ ਕਿਹੜਾ ਵਾ ਤੇ ਜਿਹੜਾ ਵੀ ਹੋਗਾ ਪਤਾ ਲਾਜੋ ਬਰਮਿੰਗਮ इंग्लंड ਵਾਲੇ ਉਹ ਕਿਦਾਂ ਹਾਲ ਚੱਲ ਜੀ ਏਕਮ ਕਿਦਾਂ ਏਕਮ ਠੀਕ ਹੈ ਜੀ ਬਹੁਤ ਵਧੀਆ ਥੈਂਕ ਯੂ ਸੋ ਮਚ ਜੀ ਤੇ ਥੈਂਕ ਯੂ ਜੀ ਅ ਮੈਂ ਉਹੀ ਕਹ ਰਿਹਾ ਜੀ ਆ ਦੇਖੋ ਜਿੱਦਾਂ ਤੁਸੀਂ ਪੁੱਛਦੇ ਹੋ ਏਕਮ ਕਿਦਾਂ ਚੱਲਦਾ ਕਿਦਾਂ ਮੈਂ ਉਹੀ ਕਹਿੰਦਾ ਦੇਖੋ ਜਿੱਦਾਂ ਬੱਚੇ ਨੇ ਉਦਾਂ ਹੀ ਆਪਾਂ ਸਾਰੇ ਜਣੇ ਜਿਹੜੇ ਤੁਸੀਂ ਮੈਨੂੰ ਫੋਲੋ ਕਰਦੇ ਹੋ ਜਾਂ ਜਿਹੜੀਆਂ ਮੈਂ ਥੋੜ੍ਹ ਨਾਲ ਆਪਦੀਆਂ ਗੱਲਾਂ ਕਰਦਾ ਇਹ ਸਾਰਾ ਇੱਕ ਪਰਿਵਾਰ ਆ ਇੱਕ ਫੈਮਿਲੀ ਆ ਔਰ ਇੱਥੇ ਜਦੋਂ ਆਪਾਂ ਕੋਈ ਵੀ ਇਦਾਂ ਦੀ ਗੱਲ ਬੋਲਦੇ ਆ ਨਾ ਜਾਂ ਕੋਈ ਕਿਸੇ ਨੂੰ ਗਾਲ ਕੱਢਦੀ ਜਾਂ ਕੁਝ ਹੋਰ ਗੱਲ ਹਨਾ ਉਹ ਮ ਬਹੁਤ ਜਗ੍ਹਾ ਤੇ ਘੁੰਮਦੀ ਆ ਬੜੇ ਲੋਕ ਇਹਦੇ ਤੇ ਸਾਡੀਆਂ ਭੈਣਾਂ ਭਰਾ ਅੰਕਲ ਆਂਟੀਆਂ ਸਾਰੇ ਹਨਾ ਉਹ ਫੇਸਬੁੱਕ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਸਾਰਿਆਂ ਤੇ ਹੁੰਦੇ ਨੇ ਹਨਾ ਸੋ ਸਾਰੇ ਪਾਸੇ ਚੀਜ਼ਾਂ ਜਾਂਦੀਆਂ ਨੇ ਹਨਾ ਸੋ ਆਪਣਾ ਆਪਣਾ ਇਹ ਆ ਵੀ ਆਪਾਂ ਰਿਸਪੈਕਟ ਬਣਾਈ ਰੱਖੀਏ ਸਾਰਿਆਂ ਦੀ ਇੱਕ ਦੂਜੇ ਦੀ ਯਾਰ ਜਿੱਥੇ ਮਰਜੀ ਜਾਈਏ ਜੋ ਮਰਜ਼ੀਆਂ ਹੈਗੇ ਦਾ ਪੰਜਾਬੀ ਹੋਈਆਂ ਆਪੇ ਇੱਕ ਦੂਜੇ ਦੇ ਆਪਾਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹਨ ਨਹੀਂ ਤਾਂ ਅੱਗੇ ਆਪਾਂ ਕਿੰਨੀ ਵੀਰੀਆਂ ਗੱਲਾਂ ਸੁਣਦੇ ਆ ਕਹਿੰਦੇ ਯਾਰ ਆਪਾਂ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ ਆਪਾਂ ਐ ਕਰੀ ਜਾਂਦੇ ਆ ਆਪਾਂ ਔਂ ਕਰੀ ਜਾਂਦੇ ਆ ਔਰna ਇੱਕ ਚੀਜ਼ ਤੁਸੀਂ ਹੋਰ ਡੈਫੀਨੇਟਲੀ ਕਰਿਆ ਕਰੋ ਜੇ ਕੋਈ ਬੰਦਾ ਬਾਇ ਚਾਂਸ ਕਿਸੇ ਬਾਰੇ ਕੋਈ ਚੀਜ਼ ਬੋਲਦਾ ਵੀ ਆ ਇਗਨੋਰ ਕਰੋ ਯਾਰ ਉਸ ਚੀਜ਼ ਨੂੰ ਇੱਕ ਵਾਰੀ ਇਗਨੋਰ ਕਰੋਗੇ ਕਿੰਨੀ ਕਿਵਾਰੀ ਬੋਲੂਗਾ ਦੂਜੀ ਵਾਰੀ ਬੋਲੂਗਾ ਆਪਦੀ ਉਹ ਬੰਦੇ ਦੀ ਬੇਇੱਜ਼ਤੀ ਹੈ ਹਨਾ ਤੁਸੀਂ ਸਾਰੇ ਜਣੇ ਐ ਕਰਿਆ ਕਰੋ ਤੁਸੀਂ ਆਰਟਿਸਟਾਂ ਨੂੰ ਆਪ ਹੀ ਕਈ ਵਾਰੀ ਕਹਿ ਦਿੰਦੇ ਹੋ ਵੀ ਭਾਈ ਬੋਲ ਇਹਨੂੰ ਦੇ ਜਵਾਬ ਫਲਾਣੇ ਹੋ ਜਾਂਦੀ ਹੈ ਗੜਬੜ ਉਹ ਹਨਾ ਔਰ ਗੱਲ ਕੈਵਰੀ ਨਿੱਕੀ ਜੀ ਗੱਲ ਐਵੇਂ ਵੱਜ ਜਾਂਦੀ ਹੈ ਹਨਾ ਆ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਹੈਗੀਆਂ ਉਹਨਾਂ ਸੋਰੀਆਂ ਹੈ ਹਨਾ ਔਰ ਦੇਖੋ ਜਿੰਨੇ ਵੀ ਆਰਟਿਸਟਾਂ ਨੂੰ ਜਿਨ੍ਹਾਂ ਦੇ ਬਾਰੇ ਮੈਂ ਗੱਲਾਂ ਕਰ ਰਿਹਾ ਤੁਹਾਨੂੰ ਵੀ ਪਤਾ ਵਾ ਯਾਰ ਉਹ ਟੈਲੈਂਟਡ ਬੰਦੇ ਨੇ ਸਾਰੇ ਹਨਾ ਉਹਨਾਂ 'ਚ ਬਹੁਤ ਟੈਲੈਂਟ ਆ ਯਾਰ ਬਾਬੇ ਨੇ ਕਿਰਪਾ ਕੀਤੀ ਉਹਨਾਂ ਦੇ ਮਿਹਰਾਂ ਪਰੇ ਹੱਥ ਰੱਖਿਆ ਔਰ ਸਾਡੀ ਦੁਆ ਵਾ ਵੀ ਉਹ ਇਦਾਂ ਹੀ ਸਾਡਾ ਨਾਂ ਚਮਕਾਉਂਦੇ ਰਹਿਣ ਚੜ੍ਹਦੀ ਕਲਾ 'ਚ ਰਹਿਣ ਹਨਾ ਤੇ ਇਦਾਂ ਹੀ ਰੱਖਿਓ ਆ ਥੈਂਕ ਯੂ ਸਾਰਿਆਂ ਨੇ ਜਿਨ੍ਹਾਂ ਦੇ ਵੀ ਮੈਸੇਜ ਆ ਰਹੇ ਨੇ ਆ ਬਈ ਕਰਨ ਔਜਲੇ ਨਾਲ ਕੋ ਗਾਣਾ ਉਹਦਾ ਵੀ ਅਪਡੇਟ ਦੇਵਾਂਗੇ ਵੀਰੇ ਤੇ ਡੈਫੀਨੇਟਲੀ ਦੇਵਾਂਗੇ ਆ ਕਹਿੰਦਾ ਵੀਰੇ ਲੱਤਾਂ ਨਹੀਂ ਆਪਦਾ ਸਾਰਾ ਹੀ ਖਿਜ ਲੈਂਦੇ ਆ ਬੰਦੇ ਨੂੰ ਗੱਲ ਠੀਕ ਹੈ ਜ਼ਰੂਰ ਵੀਰੇ ਆ ਵੈਨ ਯੂ ਆ ਡੂਇੰਗ ਅ ਮੂਵੀ ਵਿਦ ਅ ਤਮਨਾ ਟੇਲੋ ਤਮਨਾ ਟੇਲੋ ਮੈਨੂੰ ਨੌਲੇਜ ਨਹੀਂ ਵੀਰੇ ਹਾਲੇ ਤਾਂ ਨਹੀਂ ਮੈਂ ਕੋਈ ਕਰ ਰਿਹਾ ਮੂਵੀ ਮੈਂ ਲਗਾ ਉਹਨਾਂ ਦਾ ਗੁਰਵਾਜ਼ ਬੜਾ ਕਿਊਟ ਹੈ ਵੀਰੇ ਛਿੰਦਾ ਤਾਂ ਸ਼ਰਾਰਤੀ ਹੈ ਜੀ ਹਾਂ ਜੀ ਰੋਂਡੀ ਪਾਲੰਦਾਈ ਛਿੰਦਾ ਬਿਲਕੁਲ ਜੀ ਆ ਤੇ ਇਹਨੇ ਇੰਟਫਾਰ ਸਿੰਗਰ ਜਦੋਂ ਸਟੇਜ ਸ਼ੋਅ ਲਾਉਂਦੇ ਆ ਉਹ ਭੁੱਲ ਕਿਉਂ ਜਾਂਦੇ ਆ ਮੈਨੂੰ ਸਮਝ ਨਹੀਂ ਲੱਗੀ ਵੀਰੇ ਇਹ ਗੱਲ ਦੀ ਨਾ ਆ ਐਕਚੁਅਲੀ ਇਹਾ ਮੈਸੇਜ ਹੁਣ ਥੋੜੇ ਤੇਜ਼ ਤੇਜ਼ ਵੱਧ ਗਏ ਕਾਫੀ ਲੜੜਾੜ ਆ ਰਹੇ ਨੇ ਉਹਦੇ ਰਹਿਂਦੇ ਆ ਸਿडनी ਵੱਲੋਂ ਪਿਆਰ ਸਤਿਕਾਰ 사ਸੀ ਗਾਲ ਵੀਰੇ ਜਸ ਲਖਣਪਾਲ ਜੀ 사ਸੀ ਗਾਲ ਜੀ ਥੈਂਕ ਯੂ ਸੋ ਮਚ ক্যারি অন জট্টা 3 কਦੋਂ আউਗੀ? ক্যারি অন জট্টা 3 ਦਾ ਕੰਮ ਸਟਾਰਟ ਹੈ ਜੀ। ਤੇ ਆ ਕਰੋਨਾ ਕਰਕੇ ਕੰਮ ਬਹੁਤ ਚੀਜ਼ਾਂ ਡਿਲੇ ਹੋ ਗਈਆਂ ਸੀ। ਬਟ ਚੱਕ ਦੇਣਗੇ ਫਟੇ। ਚੱਕਾਂਗੇ ਔਰ ਐਤ ਕੀ ਆ ਸਭ ਤੋਂ ਪਹਿਲਾਂ ਜਿਹੜੀਆਂ ਫਰੈਂਚਾਈਜ਼ੀਆਂ ਨੇ ਜਿਹੜੀਆਂ ਜਿਵੇਂ ਅਰਦਾਸ ਹੋ ਗਈ, ਮੰਜੇ ਵਿਸਤਰੀ ਹੋ ਗਈ ਜਾਂ ਕੈਰੀ অন ਜট্টਾ ਆ ਸਭ ਤੋਂ ਪਹਿਲਾਂ ਮੰਜੇ ਵਿਸਤਰੀ 3 ਬਣੂਗੀ। ਸੋ ਪਿਛਲੀ ਵਾਰੀ ਅਸੀਂ ਮੰਜੇ ਵਿਸਤਰੀ ਕੈਨੇਡਾ ਇਕੱਠੇ ਕਰਨਾਂਗੇ ਸੀ। ਸੋ ਫਿਲਮ ਕਈਆਂ ਨੂੰ ਪਸੰਦ ਆਈ। ਕਈਆਂ ਨੂੰ ਨਹੀਂ ਪਸੰਦ ਆਈ ਕਹਿੰਦੇ ਯਾਰ ਵੀ ਪਹਿਲਾਂ ਵਾਲੀ ਬਹੁਤ ਵਧੀਆ ਸੀ ਦੂਜੀ ਨਹੀਂ ਇੰਨੀ ਵਧੀਆ ਹਨਾ ਉਹਦੇ ਲਈ ਮਾਫੀ ਚਾਹੁੰਦੇ ਆ ਤੀਜੀ 'ਚ ਪਟਾਕਾ ਪਾਵਾਂਗੇ ਬੰਬ ਕੱਢਾਂਗੇ ਪ੍ਰੋਮਿਸ ਆ ਮੇਰਾ ਤੁਹਾਡੇ ਨਾਲ ਨਜ਼ਾਰੇਦਾਰ ਫਿਲਮ ਬਣਾਵਾਂਗੇ ਨਜ਼ਾਰੇਦਾਰ ਠੀਕ ਹੈ ਜੀ ਤੇ ਕੋਈ ਕੱਚ ਨਹੀਂ ਛੱਡਦੇ ਆਗੇ ਚੱਕ ਦਾਂਗੇ ਫੱਟੇ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਬਾਜ਼ ਕਿੱਥੇ ਆ ਜੀ ਸੋਕੇ ਟੂ ਗੁਰਬਾਜ਼ ਵਾਲੇ ਵੀਰੇ ਸੁੱਤਾ ਪਿਆ ਸੀਗਾ ਤੇ ਥੈਂਕ ਯੂ ਸਾਰਿਆਂ ਦਾ ਸੁਮੇਰ ਬਣੀ ਜੀ ਬੇਸਿਕਲੀ ਅੱਜ ਲੰਮੀਆਂ ਚੌੜੀਆਂ ਗੱਲਾਂ ਹੋ ਗਈਆਂ ਮੈਂ ਬੇਸਿਕਲੀ ਆ ਤੁਹਾਡੇ ਮੈਸੇਜ ਪੜਦਾ ਪੜਦਾ ਵਿੱਚ ਹੋਰ ਪਾਸੇ ਨੂੰ ਚਲੇ ਗਿਆ ਗੱਲ ਤਾਂ ਮੈਂ ਸਿਰਫ ਇਹੀ ਕਰਨੀ ਸੀਗੀ ਵੀ ਆਪਣਾ ਕੱਲ ਨੂੰ ਪੋਸਟਰ ਆਉਣਾ ਵਾ ਹਨਾ ਤੇ ਪੋਸਟਰ ਮੇਕ ਸ਼ੋਰ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਾਂ ਦਾ ਮੇਨ ਮੈਨ ਮੇਰੀ ਐਲਬਮ ਜਿਹੜੀ ਬਹੁਤ ਸਾਲਾਂ ਬਾਅਦ ਐਲਬਮ ਤਿਆਰ ਕੀਤੀ ਆ ਬੜਾ ਜੋਰ ਲਾਇਆ ਉਹਦੇ ਤੇ ਤੁਸੀਂ ਪਲੀਜ਼ ਪੋਸਟਰ ਨੂੰ ਸ਼ੇਅਰ ਕਰਿਓ ਸਾਰੇ ਜਣੇ ਦੇਖਿਓ ਮੈਂ ਜਿੰਨੀਆਂ ਵੀ ਗੱਲਾਂ ਕਹੀਆਂ ਜੇ ਕਿਸੇ ਨੂੰ ਕੋਈ ਚੀਜ਼ ਬੁਰੀ ਲੱਗੀ ਤਾਂ ਉਹਦੇ ਲਈ ਮੈਂ ਮਾਫੀ ਚਾਹੁੰਦਾ ਤੇ ਆਪਣਾ ਧਿਆਨ ਰੱਖਿਓ I love you ਔਰ ਤੁਸੀਂ ਪਲੀਜ਼ ਸਾਰਿਆਂ ਨੂੰ ਸਪੋਰਟ ਕਰਿਆ ਕਰੋ ਥੋੜੇ ਕਰਕੇ ਦੇਖੋ ਕੰਟੈਂਟ ਕਿਸੇ ਦਾ ਵੀ ਆਉਂਦਾ ਕਿਸੇ ਦੀ ਫਿਲਮ ਆਉਂਦੀ ਕਿਸੇ ਦਾ ਗਾਣਾ ਆਉਂਦਾ ਸਾਰੇ ਆਪਾਂ ਸੁਣਦੇ ਆਂ ਸਾਰੇ ਇੱਕ ਦੂਜੇ ਨੂੰ ਕਰਦੇ ਆਂ ਫਿਰ ਕਾਹਨੂੰ ਇੱਕ ਦੂਜੇ ਲਈ ਇਦਾਂ ਗੱਲਾਂ ਕਰਨੀਆਂ ਤੁਸੀਂ ਪਿਆਰ ਦਿਓ ਸਤਿਕਾਰ ਦਿਓ ਔਰ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਤੁਸੀਂ ਜਿਹੜੀ ਚੀਜ਼ ਚੰਗੀ ਆਉਂਦੀ ਹੈ ਮਾਰਕੀਟ 'ਚ ਉਹਨੂੰ ਸਪੋਰਟ ਕਰੋ ਜੀ ਗਾਣਾ ਕਿਸੇ ਦਾ ਵੀ ਅਜ ਮੇਰਾ ਗਾਣਾ ਜਾਂ ਕਿਸੇ ਦਾ ਵੀ ਗਾਣਾ ਜਿਹਦਾ ਗਾਣਾ ਵਧੀਆ ਤੁਸੀਂ ਉਹਨੂੰ ਸੁਣੋ ਉਹਨੂੰ ਸਪੋਰਟ ਕਰੋ ਔਰ ਥੈਂਕ ਯੂ ਲਵ ਯੂ ਆ ਇਕਵਰੀਫੇਰਟੋ ਜੇ ਕੋ ਗੱਲ ਕਿਸੇ ਨੂੰ ਕੋਈ ਇਦਾਂ ਦੀ ਲੱਗੀ ਹੋਈ ਤਾਂ ਉਹਦੇ ਲਈ ਮੈਂ ਮਾਫੀ ਚਾਹਉਣਾ ਲਵ ਯੂ ਆ ਹਲੋ ਜੀ ਮੈਸੇਜ ਥੋੜੇ ਛੇ ਆ ਮਿਰਦਿਆਂ ਸ਼ੈਰਡਨ ਪਲਾਜ਼ੈਂ ਵੀਰੇ ਮੈਂ ਤਾਂ ਇੱਥੇ ਮੈਂ ਐਕਚੁਅਲੀ ਕਰੀ ਆ ਵੀਰੇ ਹਲੇ 15 ਦਿਨ ਤਾਂ ਆ ਨਹੀਂ ਸਕਦਾ ਕਿਤੇ ਫਸੇ ਆ ਦਿਰੇ ਕਨਾ ਗੁਰਬਾਜ਼ ਨੂੰ ਸਰਦਾਰ ਬਣਾਉਂਗੇ ਜਾਂ ਐਦਾਂ ਹੀ ਰੱਖੋਗੇ ਐਦਾਂ ਕਿੰਦਾ ਵੀਰੇ ਮੈਨੂੰ ਸਮਝ ਨਹੀਂ ਲੱਗੀ ਅ ਜੁੜੇ ਹੀ ਆ ਵੀਰੇ ਉਹਨਾਂ ਦੇ ਅ ਏਕਮ ਛਿੰਦੇ ਦੇ ਹੈਗੇ ਆ ਤੇ ਉਹਦੇ ਵੀ ਵਾਲ ਕਟਾਏ ਨਹੀਂ ਹੋਏ ਹੈਗੇ ਉਹਦੇ ਹਾਲੇ ਵਾਲ ਹੀ ਨਹੀਂ ਹੈ ਵੀਰੇ ਛੋਟਾ ਬਹੁਤ ਉਹ ਤੇ ਤਾਂ ਕਰਕੇ ਅ ਖੁਸ਼ੀ ਹੈ ਵੀਰੇ ਪਰ ਤੁਹਾਨੂੰ ਖੁਸ਼ ਰੱਖੇ ਥੈਂਕ ਯੂ ਜੀ ਥੈਂਕ ਯੂ ਜੀ ਅ ਕਿੰਦਾ ਭਾਈ ਸਾਹਿਬ ਬਹੁਤ ਵਧੀਆ ਜੀ ਕਿੰਦਾ ਭਾਜੀ ਸਭ ਸੈਟ ਹੈ ਵੀਰੇ ਸਭ ਕੁਝ ਓਕੇ ਆ ਸੋ ਠੀਕ ਹੈ ਜੀ ਤੇ ਮਿਹਰਬਾਨੀ ਥੈਂਕ ਯੂ ਸੋ ਮੱਚ ਲਵ ਯੂ ਟੇਕ ਕੇਅ ਆਪਣਾ ਧਿਆਨ ਰੱਖਿਓ ਤੇ ਕਰਦੇ ਆਂਗਾ ਬਾਪਾ ਫਿਰ ਲਾਉਣੀਆਂ ਗੱਲਾਂ ਬਾਤਾਂ ਸਾਸਰੀਕਾਲ ਹੈ ਜੀ ਸਾਰਿਆਂ ਨੂੰ ਥੈਂਕ ਯੂ ਲਵ ਯੂ ਕੱਲ ਕੱਲ ਨਹੀਂ ਫਿਰ ਕੱਲ ਪਤਾ ਨਹੀਂ ਕਿਉਂ ਕਹਿ ਗਿਆ ਨਾ ਅੱਜ ਸ਼ਾਮ ਨੂੰ ਅੱਜ ਸ਼ਾਮ ਨੂੰ ਇੰਡੀਆ ਦੇ ਹੁਣ ਜਿਹੜਾ ਦਿਨ ਚੜਨਾ ਸ਼ਾਮ ਨੂੰ 5 ਵਜੇ ਮੇਨ ਮੈਨ ਦਾ ਪੋਸਟਰ ਰਿਲੀਜ਼ ਹੋ ਰਿਹਾ ਮੇਕ ਸ਼ੋਰ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਮਾਚੀਵਾੜੇ ਕਦੋਂ ਹੋਣਾ ਵੀਰੇ ਮਾਚੀਵਾੜੇ ਜ਼ਰੂਰ ਆਵਾਂਗੇ ਜੀ ਸਾਡੀ ਕਜ਼ਨ ਸਿਸਟਰ ਆ ਉਥੇ ਮੀਤਾ ਉਥੇ ਵਿਆਹੀ ਹੋਈ ਆ ਤੇ ਡੈਫੀਨੇਟਲੀ ਆ ਕੇ ਜਾਵਾਂਗੇ ਜੀ ਔਰ ਮੈਂ ਆਉਂਦਾ ਜਾਂਦਾ ਵੀ ਰਹਿਣਾ ਉਥੇ ਤੇ ਜ਼ਰੂਰ ਆਵਾਂਗੇ ਵੀਰੇ ਥੈਂਕ ਯੂ ਸੋ ਮੱਚ ਲਵ ਯੂ